ਸਾਲ ਦਾਦਾ ਤੇਰਾ ਧੀਏ ਕਮਲੀ ਹੋਇਆ, ਟੈਨਸ਼ਨ ਨਹੀਂ ਲੈਣੀ। ਚਲੋ ਬਈ ਮੈਂ ਗਿਆ ਅੱਪਾ ਜੀ। ਆ ਗਿਆ ਅੱਪਾ ਜੀ, ਚੱਕਰ ਤੇ ਖੋਲ ਲਓ। ਇਹਦਾ ਤੇ ਮੈਂ ਖੋਲ ਲਾਂਗਾ, ਤੇ ਜੇ ਸਾਨੂੰ ਪਹਿਲੇ ਖੁੱਲਿਆ ਮਿਲਿਆ ਤੇ ਫੇਰ ਕਸਮਾਂ ਖੁਦਾ ਦੀ ਸਾਡੀ ਪੂਰੇ ਕਬੀਲੇ 'ਚ ਇਹਦੀਆਂ ਸਾਦਾ ਔਰਤਾਂ ਨਹੀਂ ਜਿੰਨਾ ਇਹਨਾਂ ਦੀਆਂ ਸਾਦਾ ਔਰਤਾਂ। ਸੁਣ, ਇੰਨੀਆਂ ਸਾਦਗੀ ਪਸੰਦ, ਉਹ ਕੱਪੜੇ ਘੱਟ ਵੱਧ ਹੀ ਪਾਉਂਦੀਆਂ। ਕੁਛ ਨਹੀਂ ਹੁੰਦਾ। ਅੱਛਾ ਇੱਕ ਸ਼ਰਤ ਤੇ ਮੈਂ ਛੱਡ ਸਕਦੀ। ਓਕੇ, ਮੇਰੀ ਸਹੇਲੀ ਨੂੰ ਨਾ ਇੰਨੀ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਕਿੰਨੀ? ਇੰਨੀ ਕੋਈ। ਆਹੋ ਨਹੀਂ, ਇਹ ਇੰਨੀ ਕੋ ਕਰ ਲਓ, ਕਿਉਂਕਿ ਮੇਰਾ ਮੁੰਡਾ ਇਹਨੂੰ ਮੈਂ ਨਵਾਉਂਦਾ ਨਵਾਉਂਦਾ ਰਿਹਾ, ਮੈਨੂੰ ਪਤਾ ਭਾਈ ਇੰਨੀ ਕੋਈ ਹੋ ਗਈ। ਫਕੀਰ ਆ ਗਿਆ, ਕੁੜੀਏ ਹੱਥ ਲਾਓ ਇਹਨੂੰ। ਆ ਬਾਹਰ ਚੰਗਣ ਬੈਠੇ ਉਹਨਾਂ ਨੂੰ ਸਦਕੇ ਦਾ ਹੈਗਾ। ਜਦੋਂ ਜੰਮਿਆ ਦਾਈ ਨੇ ਇਹਦੀ ਮਾਂ ਨੂੰ ਗਾਲਾਂ ਕੱਢੀਆਂ। ਕਿਉਂ? ਉਹਨੇ ਕਿਹਾ ਖਾਲਾਂ ਚੀਕਾਂ ਤੇ ਇੰਜ ਮਾਰਨ ਦੀ ਜਿਵੇਂ ਅੰਡਰਟੇਕਰ ਜੰਮਣ ਲੱਗੀ। ਆ ਕੀ ਮਗਰੋਂ ਲਾਇਆ ਤੂੰ ਜੰਮ ਕੇ, ਤਾਂ ਮਾਂ ਸੂਬੇਦਾਰ ਨੇ ਲਵਾਤੀ ਸੀ। ਚਲੋ ਬੈਠੋ, ਕਿੱਥੇ ਮਰਜ਼ੀ ਰਹੇ ਮੁੰਡਿਆ, ਬੈਠੋ ਜਾ। ਕਿੰਨਾ ਦੀਆਂ ਨੇ? ਓਏ ਜੀ ਚਾਚਾ ਜੀ, ਹਾਂਜੀ ਮੈਂ ਮੋਟੀ ਵੇਖਣੀ ਏ ਤੇ ਲਾੜਾ ਨਹੀਂ ਵੇਖਣਾ। ਹਸਪਤਾਲ ਕਿਸੇ ਦਾ ਪਤਾ ਲੈਣ ਗਿਆ, ਉਹਨਾਂ ਨੇ ਉਹਨੂੰ ਛੁੱਟੀ ਦੇ ਕੇ ਇਹਨੂੰ ਦਾਖਲ ਕਰ ਲਿਆ। ਤੁਹਾਡਾ ਕੋਈ ਫਾਇਦਾ ਨਹੀਂ ਹੈ, ਇੰਨਾ ਕੀ ਕਰਨਾ ਤੁਸੀਂ? ਇਹਨੂੰ ਰੱਖ, ਮੈਂ ਭੁੱਲ ਨਾ ਜਾਵਾਂ। ਆਲਿਆ ਮਰੀ ਵਾਲੀ ਸਾਈਡ ਤੇ ਜਾਓ ਨਾ, 2300 ਦਾ ਹੱਦ 2400 ਦਾ ਤੇਰੇ ਨਾਲ ਸੋਨਾ ਬਾਂਦਰ ਮਿਲ ਜਾਂਦਾ। ਤੁਸੀਂ ਉੱਥੇ 2300-2400 ਮੈਨੂੰ ਲੈ ਜਾਓ, ਧਾਰ ਮਾਰਨੀ ਹੈ ਤੇ ਉਹਨੇ ਵੀ ਛਾਲਾ ਹੀ ਨੇ, ਤੇ ਮੈਂ ਹਲਕੀ ਜੀ ਛਾਲ ਮਾਰ ਕੇ ਨਾਲੇ ਉਹਨੂੰ ਕਰਕੇ। ਹੁਣ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਤੇਲ ਲਾਉਣਾ ਕਿੱਧਰ ਹੈ। ਮੈਂ ਚੁਦਰਾਣੀਏ ਸਹੀ ਕਹਿ ਰਹੀ ਹੈ ਚੁਦਰਾਣੀਏ।